ਖਿਲਰਿਆ ਸਮਾਨ, ਖੁੱਲ੍ਹੀ ਅਲਮਾਰੀ ਅਤੇ ਖਿੰਡੇ ਪਏ ਕੱਪੜੇ। ਜੀ ਹਾਂ, ਇਹ ਉਹੀ ਘਰ ਹੈ ਜਿਸ ਨੂੰ ਵੋਟ ਪਾਉਣੀ ਪਰਿਵਾਰ ਮੁਤਾਬਕ 3.5 ਲੱਖ 'ਚ ਪੈ ਗਈ। ਅਸਲ 'ਚ ਪਰਿਵਾਰ ਦੇ ਮੈਂਬਰ ਆਪਣੇ ਸਾਰੇ ਕੰਮ ਕਾਰ ਕਰਕੇ ਚਾਈ ਚਾਈ ਵੋਟ ਪਾਉਣ ਗਏ ਸਨ, ਤਾਂ 12 ਵਜੇ ਉਹ ਘਰੋਂ ਨਿਕਲੇ ਅਤੇ ਵੋਟਾਂ ਪਾ ਕੇ ਘਰ ਦੀ ਨੂੰਹ ਕਿਰਨਦੀਪ ਕੌਰ ਆਪਣੇ ਪੇਕੇ ਪਰਿਵਾਰ ਚਲੀ ਗਈ। ਪਰ ਜਦੋਂ ਵਾਪਸ ਆ ਰਹੀ ਸੀ ਤਾਂ ਰਾਹ 'ਚ ਉਸਦੇ ਸਹੁਰੇ ਦਾ ਫੋਨ ਆਇਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਤੇ ਅਲਮਾਰੀ ਚੋਂ ਸਭ ਕੁਝ ਸਾਫ਼ ਹੈ। 12 ਵਜੇ ਲੋਕ ਲੱਗ ਕੇ ਵੋਟ ਪਾਉਣ 'ਚ ਲੱਗੇ ਆ, ਉੱਥੋਂ ਬਾਅਦ 'ਚ ਆਪਣੇ ਉੱਥੇ ਪੇਕੇ ਚਲੇ ਗਏ ਨੇ, ਠੀਕ ਆ। ਬਾਅਦ 'ਚੋਂ ਘਰ ਤਾਲਾ ਲੱਗਾ ਸੀ, ਹੈਂ, ਅਤੇ ਬਾਅਦ 'ਚੋਂ ਇਹ ਆਏ ਅਤੇ 3:30-3 ਵਜੇ ਨਾਲ ਆਏ ਆ, ਆਣ ਕੇ ਦੇਖਿਆ ਸਾਰਾ ਤਾਲਾ ਟੁੱਟਾ ਸੀ, ਤੋੜ ਕੇ ਅੰਦਰੋਂ ਸਾਰਾ ਸਮਾਨ ਉਹਨਾਂ ਖਰਾਬ ਕਰਕੇ ਜੋ ਕੁਛ ਹੈਗਾ ਸੀ ਅੰਦਰੋਂ ਉਹ ਕੱਢ ਕੇ ਲੈ ਗਏ ਆ। ਨੁਕਸਾਨ ਹੈਗਾ ਸੀ 5 ਤੋਲੇ ਸੋਨਾ ਸੀ, ਠੀਕ ਜੀ, ਐਂ ਤਾਂ 70,000 ਰੁਪਇਆ ਭਰਾ ਮੈਂ ਰਾਤੀ ਲੈ ਕੇ ਆਇਆ ਸੀ, ਅੱਗੋਂ 30-35 ਹਜ਼ਾਰ ਇਹਨਾਂ ਘਰ ਪਹਿਲਾਂ ਪਿਆ ਸੀ, ਯਾਨੀ ਕਿ 1 ਲੱਖ ਰੁਪਏ ਲੈ ਗਏ ਨੇ, ਐਂ ਤਾਂ 5 ਤੋਲੇ ਸੋਨਾ ਲੈ ਗਏ ਆ। ਪੁਲਿਸ ਕੰਪਲੇਂਟ ਲਈ 4 ਵਜੇ ਅਸੀਂ ਪੁਲਿਸ ਨੂੰ ਫੋਨ ਕੀਤਾ, ਤੱਕ ਪੁਲਿਸ ਆਈ ਨਹੀਂ ਹੈਗੀ, ਹਲ ਤੱਕ ਉਹ ਆਉਂਦੇ ਕਿ ਸਾਰੇ ਥਾਣੇ ਆਓ। ਹਾਂਜੀ, ਅਤੇ ਇੱਥੇ ਜਿਹੜੇ ਮੰਨ ਲਓ ਸਾਰੀ ਦਿਹਾੜੀ ਇੱਥੇ ਮੁੰਡੇ ਬਹਿ ਰਹਿੰਦੇ ਨੇ, ਠੀਕ ਹੈ, ਸਾਰਾ ਦਿਨ ਨਸ਼ਾ ਕਰਦੇ ਨੇ, ਨਸ਼ਾ ਵੇਚਦੇ ਨੇ ਇੱਥੇ, ਅਤੇ ਕੋਈ ਨਹੀਂ ਇੱਥੇ ਆਉਂਦਾ। ਇਸ ਬੰਦੇ ਅਸੀਂ ਕੰਪਲੇਂਟ ਕੋਈ ਨਹੀਂ ਕੀਤੀ, ਅਸੀਂ ਕਾਫ਼ੀ ਜਣੇ ਇੱਥੋਂ ਮੋੜਿਆ ਇੱਥੋਂ ਬਹਿਣ ਤੋਂ, ਪਰ ਮੁੜਦਾ ਕੋਈ ਨਹੀਂ ਹੈਗਾ, ਨਾ ਇੱਧਰ ਬੰਦੇ ਕੋਈ ਪੁਲਿਸ ਵਾਲਾ ਆਉਂਦਾ, ਨਾ ਕੋਈ PCR ਵਾਲਾ ਆਉਂਦਾ, ਨਾ ਕੁਛ। ਹਾਂਜੀ, ਗਹਿਣੇ ਇਲਾਵਾ ਆਪਣੇ ਪੈਸੇ ਗਏ, ਹੋਰ ਨੇ, ਹੋਰ ਬਾਕੀ ਵਾਲੇ ਸਮਾਨ ਚੈੱਕ ਨਹੀਂ ਕੀਤਾ ਹੋਇਆ, ਜੇ ਸਮਾਨ ਚੈੱਕ ਕਰਾਂਗੇ ਫਿਰ। ਹਾਂਜੀ, ਸਾਨੂੰ ਸ਼ੱਕ ਹੈ, 3-4 ਜਣਿਆਂ ਨੂੰ ਸ਼ੱਕ ਹੈ। ਮਾਮਲਾ ਸਾਡੇ ਘਰੋਂ ਚੋਰੀ ਹੋ ਗਈ ਆ, ਅਸੀਂ ਪੇਕੇ ਗਏ ਸੀ ਵੋਟ ਪਾ ਕੇ, ਅਸੀਂ ਪੇਕੇ ਚਲ ਗਏ ਆ, ਪੇਕੇ ਘੁਮਾਣ ਦੇ ਲਾਗੇ ਸੁਖਵਾਲ ਪਿੰਡ ਆ, ਉੱਥੇ ਸਾਡੇ ਪੇਕੇ ਆ, ਅਸੀਂ ਉੱਥੋਂ ਗਏ ਹਾਂ, 12 ਵਜੇ ਇੱਥੋਂ ਗਏ ਹਾਂ, ਅਤੇ 3:30-4 ਵਜੇ ਅਸੀਂ ਉੱਥੋਂ ਵਾਪਸ ਆ ਗਏ ਹਾਂ। ਵਾਪਸ ਅਸੀਂ ਆਉਣ ਡੇ ਹਾਂ ਅਤੇ ਰਸਤੇ ਵਿੱਚ ਸਾਨੂੰ ਡੈਡੀ ਦਾ ਫੋਨ ਆ ਗਿਆ ਵੀ ਘਰ ਚੋਰੀ ਹੋ ਗਈ ਆ, ਅਸੀਂ ਚਾਬੀ ਡੈਡੀ ਹੁਣਾਂ ਨੂੰ ਕਹਿ ਕੇ ਗਏ ਵੀ ਸਾਡੇ ਘਰ ਵੱਲ ਰਾਖੀ ਰੱਖਿਓ। ਡੈਡੀ ਆਏ, ਫਿਰ ਅਮਨ ਡੈਡੀ ਨੇ ਜਦੋਂ ਆਣ ਕੇ ਵੇਖਿਆ ਸਾਰਾ ਘਰ ਤਾਲੇ ਖੁੱਲ੍ਹੇ ਪਏ, ਸਾਰਾ ਕੁਛ ਅੰਦਰ ਖਿਲਰਿਆ ਪਿਆ, ਸਾਡਾ ਸਾਰਾ ਗਹਿਣਾ 5 ਤੋਲੇ ਸੋਨਾ ਸੀ ਉਹ ਲੈ ਗਏ ਆ, ਪੈਸੇ ਆ ਜਿੰਨੇ ਵੀ ਨਕਦੀ ਅਲਮਾਰੀ ਵਿੱਚ ਰੱਖੀ ਸਭ ਕੁਛ ਤੋੜ ਕੇ, LED ਵੀ ਲਾਉਣ ਪਏ ਆ, LED ਉਹਨਾਂ ਕੋਲੋਂ ਲੱਥੀ ਨਹੀਂ ਹੈਗੀ, ਬਾਕੀ ਹੋਰ ਸਮਾਨ ਅਜੇ ਵੇਖਿਆ ਨਹੀਂ ਹੈਗਾ, ਹੋਰ ਸਾਰਾ ਕੁਛ ਸਾਡਾ ਮਤਲਬ ਕਿ ਤਹਿਸ ਨਹਿਸ ਕਰਕੇ ਅਤੇ ਸਾਡਾ ਘਰ ਬਰਬਾਦ ਕਰਕੇ ਚੱਲ ਗਏ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਬਣਨ ਦੀ ਕਾਰਵਾਈ ਚੱਲਦੀ। ਉੱਧਰ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਇਹਦਾ ਘਰ ਹੈਗਾ, ਮੇਨ ਰੋਡ 'ਤੇ ਘਰ ਹੈਗਾ, ਵੋਟ ਪਾਉਣ ਵਾਸਤੇ ਗਏ ਸੀਗੇ, ਅਤੇ ਇਹਨਾਂ ਨੇ ਸਾਨੂੰ ਇਹ ਦਰਖਾਸਤ ਦਿੱਤੀ ਹੈ ਕਿ ਇਹਨਾਂ ਦੇ ਘਰ ਕੋਈ ਮਗਰੋਂ ਕੋਈ ਨਾਮ ਲੋਕ ਵਿਅਕਤੀ ਜਿਹੜਾ ਉਹ ਉਹਨਾਂ ਦੇ ਕੋਲ ਗਏ ਨੇ ਅਤੇ ਪੈਸੇ ਚੋਰੀ ਕਰਕੇ ਲੈ ਗਿਆ, ਅਤੇ ਆਪਾਂ ਤਸਦੀਕ ਕਰ ਰਹੇ ਹਾਂ, ਤਸਦੀਕ ਕਰਕੇ ਜੋ ਬਣਦੀ ਕਾਰਵਾਈ ਆਪ ਚੋਂ ਲੈਂਦੀ ਹੈ, ਉਹ ਵੈਰੀਫਾਈ ਕਰ ਰਹੇ ਹਾਂ, ਉੱਥੇ ਫਿਰ ਮੌਕਾ ਵੇਖਿਆ ਜਿਹਨੂੰ ਫੜਨ ਕਰ ਰਹੇ ਹਾਂ। ਸੋ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਇਸ ਪਰਿਵਾਰ ਨੂੰ ਇਨਸਾਫ਼ ਦਬਾਅ ਪਾਉਂਦੀ ਹੈ ਜਾਂ ਫਿਰ ਇਸ ਵਾਰ ਦੀਆਂ ਵੋਟਾਂ ਪਰਿਵਾਰ ਨੂੰ ਸਾਰੀ ਉਮਰ ਯਾਦ ਰਹਿਣਗੀਆਂ। ਹਕੀਕੀ TV ਪੰਜਾਬੀ ਲਈ ਬਟਾਲਾ ਤੋਂ ਅਵਤਾਰ ਸਿੰਘ ਦੀ ਰਿਪੋਰਟ।